ਹੁਣ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਆ, ਮੈਂ ਦੋ ਤਿੰਨ ਨਾਅਰੇ ਲਾ ਦਾਂ, ਸਾਥ ਦਿਆ ਜੇ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਮੋਦੀ ਸਰਕਾਰ, ਮੋਦੀ ਸਰਕਾਰ। ਧੰਨਵਾਦ। ਸੋ ਮੈਂ ਹੁਣ ਬੇਨਤੀ ਕਰਦਾ, ਸਰਦਾਰ ਜਸਵੀਰ ਸਿੰਘ ਉਹ ਆਪਣੇ ਵਿਚਾਰ ਸਾਂਝੇ ਕਰਨਗੇ। ਸਰਦਾਰ ਜਸਵੀਰ ਸਿੰਘ ਜੀ। ਮੋਦੀ ਸਰਕਾਰ, ਬੀਜੇਪੀ ਸਰਕਾਰ, ਅਬਾਨੀ ਅਡਾਨੀ, ਕਿਸਾਨਾਂ ਦੀ ਮਾਰੂ ਸਰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਿਸਾਨ ਵੀਰੋ, ਤੁਸੀਂ ਦਿੱਲੀ ਜਾ ਕੇ ਬੀਜੇਪੀ ਸਰਕਾਰ ਦਾ ਲੱਕ ਤੋੜ ਦਿੱਤਾ, ਕਿਉਂਕਿ ਜੇ ਅਸੀਂ ਪੰਜਾਬ ਦੀ ਧਰਤੀ ਤੋਂ ਵੱਖ ਵੱਖ ਸੂਬਿਆਂ ਤੋਂ ਸਾਰਾ ਭਾਰਤ ਇੱਥੇ ਪਹੁੰਚਿਆ, ਜੇ ਆਪਾਂ ਮੋਰਚਾ ਨਾ ਲਾਉਂਦੇ ਤੇ ਮੋਦੀ ਨੂੰ ਮੂੰਹ ਦੀ ਪੈ ਗਈ ਸੀ। ਪਹਿਲਾਂ ਇਹਨਾਂ ਨੇ ਦੇਖੋ ਉੱਥੇ ਧਾਵਾ ਬੋਲਿਆ, ਜੇ ਐਂਡ ਕੇ ਦੇ 370 ਖਤਮ ਕੀਤੀ, ਫਿਰ ਰਾਮ ਮੰਦਿਰ ਬਣਾਇਆ, ਫਿਰ ਇਹਨਾਂ ਨੇ ਪੰਜਾਬੀ ਬੋਲੀ ਜਿਹੜੀ ਜੇ ਐਂਡ ਕੇ ਦੇ ਉਹ ਰਾਜਸਥਾਨ 'ਚ ਖਤਮ ਕੀਤੀ। ਜੇ ਕਿਸੇ ਕਿਸਾਨ ਦਾ ਕੋਈ ਤਗੜਾ ਕਿਸਾਨ ਬੰਨਾ ਵੜ ਲੈ, ਮਾੜਾ ਕਿਸਾਨ ਨਾ ਬੋਲੇ, ਉਹ ਬੰਨਾ ਵੜਦਾ ਜਾਂਦਾ ਵੜਦਾ ਜਾਂਦਾ। ਜੇ ਕੋਈ ਦੂਸਰਾ ਕਿਸਾਨ ਵੀ ਤਗੜਾ ਹੋ ਜਾਏ, ਉਹਨੂੰ ਬੰਨਾ ਵੱਢਣ ਨਹੀਂ ਦਿੰਦਾ। ਇਸ ਕਰਕੇ ਤੁਸੀਂ ਯੋਧੇ ਹੋ, ਤੁਸੀਂ ਵੱਖ ਵੱਖ ਕਿਸਾਨ ਜਥੇ ਬਣੀਆ, ਅਸੀਂ ਧੰਨਵਾਦੀ ਆ 30 ਕਿਸਾਨ ਜਥੇ ਬਣੀਆ ਦੇ, ਜਿਹੜਾ ਤੁਸੀਂ ਸਾਰੇ ਭਾਰਤ ਦੇ ਵਿੱਚੋਂ ਝੰਡਾ ਉੱਚਾ ਚੁੱਕ ਕੇ ਸਿਆਸੀ ਲੋਕਾਂ ਨੂੰ ਨਕਾਰਿਆ, ਸਿਆਸੀ ਲੋਕਾਂ ਨੂੰ ਪਿੱਛੇ ਕੀਤਾ। ਜਿਹੜੀ ਯੂਨੀਅਨ ਆ ਉਹਦੇ ਝੰਡੇ ਥੱਲੇ ਤੁਸੀਂ ਇਕੱਠੇ ਹੋ ਕੇ ਅੱਜ ਭਾਰਤ ਦੀ, ਸਾਰੇ ਦੇਸ਼ ਦੀ ਕਿਸਾਨ ਮਜ਼ਦੂਰ ਵਪਾਰੀ ਆੜ੍ਹਤੀ ਸਾਰੇ ਜਿੰਨੇ ਸਤਿਕਾਰਯੋਗ ਬੜੀ ਵੱਡੀ ਪੱਧਰ 'ਤੇ ਦਿੱਲੀ ਜਾ ਕੇ ਦਿੱਲੀ ਸਰਕਾਰ ਨੂੰ ਦੱਸਿਆ ਵੀ ਕੋਈ ਕਿਸਾਨ ਵੀ ਜਿੰਦਾ ਪਹਿਲਾਂ ਤੁਹਾਡਾ, ਕੋਈ ਕਿਸਾਨ ਯੂਨੀਅਨ ਨੂੰ ਲੋਕੀ ਬਖੌਲ ਕਰਦੇ ਸੀ, ਕਹਿੰਦੇ ਹੀ ਇਹ ਤੇ ਆਵੇ ਵਿਹਲੇ ਤੁਰੇ ਫਿਰਦੇ ਹੋ, ਅੱਜ ਤੁਹਾਡਾ ਮੁੱਲ ਪਿਆ ਹੈ। ਜਿੰਨਾ ਦਿੱਲੀ ਸਰਕਾਰ ਦਾ ਮੂੰਹ ਮੋੜਿਆ, ਤਖਤਾ ਮੋੜਿਆ, ਜੇ ਤੁਸੀਂ ਦੇਖੋ ਆਪਾਂ ਢਿੱਲੇ ਰਹਿੰਦੇ ਤੇ ਸਾਡੀ ਪੰਜਾਬ ਨੂੰ ਇਹ ਟੋਟੇ ਟੋਟੇ ਕਰਨ ਲੱਗੇ ਸੀ, ਹੁਣ ਇਹਨੂੰ ਦੇਖੋ ਮੂੰਹ ਦੀ ਖਾੜੀ ਪਈ ਹੈ। ਇਹ ਕੋਈ ਸੋਚ ਸਮਝ ਕੇ ਜਿਹੜਾ ਬੀਜੇਪੀ ਸਰਕਾਰ ਨਿਕੰਬੀ ਸਰਕਾਰ ਆ ਔਰ ਝੂਠੀ ਸਰਕਾਰ ਆ ਔਰ ਵੱਡੇ ਵੱਡੇ ਘਰਾਣੇ ਦੀ ਸਰਕਾਰ ਆ, ਇਹ ਬੜਾ ਸੋਚ ਸਮਝ ਕੇ ਅੱਗੇ ਚੱਲੇਗੀ। ਇਸ ਕਰਕੇ ਮੈਂ ਬਹੁਤ ਧੰਨਵਾਦੀ ਆ, ਜਿਹੜਾ ਤੁਸੀਂ ਬਹੁਤ ਵੱਡੀ ਵਿਸ਼ਾਲ ਚ ਮੇਰੇ ਯੰਗ, ਜਿਹੜੇ ਯੰਗ ਸਾਡੇ ਬੱਚੇ ਆ, ਮੇਰੀਆਂ ਭੈਣਾਂ ਬੈਠੀਆਂ ਨੇ, ਬਜ਼ੁਰਗ ਬੈਠੇ ਆ, ਅਸੀਂ ਬੜਾ ਸ਼ਾਂਤਮਈ ਅੰਦੋਲਨ ਲੜ ਰਹੇ ਆ, ਪਰ ਸਾਡੇ ਵਿੱਚ ਇਹਨਾਂ ਨੇ ਪ੍ਰਸ਼ਾਸਨ ਦੇ ਕੁਝ ਗਲਤ ਅਨਸਰ ਮਾਰੇ ਆ। ਮੈਂ ਸਾਰਿਆਂ ਨੂੰ ਅਪੀਲ ਕਰਦਾ ਔਰ ਬੇਨਤੀ ਕਰਦਾ, ਜਿਹੜੇ ਮੇਰੇ ਯੰਗ ਵੀਰ ਛੋਟੇ ਮੇਰੇ ਵੀਰ ਆ, ਉਹ ਥੋੜਾ ਜਿਹਾ ਜੋਸ਼ ਦੇ ਨਾਲ ਹੋਸ਼ ਨੂੰ ਵੀ ਨਾ ਰੱਖਣ ਵੀਰੋ, ਇਹਨਾਂ ਦੇ ਵਿੱਚ ਕੋਈ ਨਾ ਕੋਈ ਗਲਤ ਕੰਮ ਤੁਹਾਡੇ ਕੋਲ ਕਰਾਉਣਾ। ਪਰ ਆਪਾਂ ਦੇਖੋ ਬੜਾ ਸ਼ਾਂਤਮਈ ਤਰੀਕਾ ਦੇ ਨਾਲ ਸੰਘਰਸ਼ ਨੂੰ ਚਲਾ ਕੇ ਆਪਾਂ ਇੱਥੋਂ ਜਿੱਤ ਕੇ ਜਾਣਾ, ਦਿੱਲੀ ਦੀ ਧਰਤੀ ਤੋਂ ਜਿੱਤ ਕੇ 237 ਸਾਲ ਪਹਿਲਾਂ ਇੱਥੇ ਝੰਡਾ ਦੇਖੋ ਭਾਈ ਬਘੇਲ ਸਿੰਘ ਨੇ ਚੜ੍ਹਾਇਆ ਸੀ, ਸਾਰੇ ਜਿੰਨੇ ਬਾਹਰਲੇ ਆਨਾ ਵੀਰ ਆ ਸਾਰੇ ਦੇਸ਼ਾਂ 'ਚ ਭੈਣਾਂ ਬੀਬੀਆਂ ਵਿਦੇਸ਼ਾਂ 'ਚ ਵਿਦੇਸ਼ਾਂ 'ਚ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ, ਕਿਉਂਕਿ ਸਾਡਾ ਉਹਨਾਂ ਨੇ ਪਿੱਠ ਨੂੰ ਥਾਪੜਿਆ, ਸਾਡਾ ਖੂਨ ਅੱਗੇ ਨਾਲੋਂ ਵਧਿਆ। ਇਸ ਕਰਕੇ ਜਿੰਨੇ ਤੁਸੀਂ ਇੱਥੇ ਆਏ ਹੋ, ਸੈਕਟਰੀ ਸਾਹਿਬ ਨੇ ਇਸ਼ਾਰਾ ਕੀਤਾ, ਮੈਂ ਸਾਰਿਆਂ ਦਾ ਇੱਥੇ ਧੰਨਵਾਦ ਕਰਦਾ, ਖਾਸ ਕਰਕੇ ਜਿਹੜੇ ਮੇਰੇ ਐਨਆਰ ਵੀਰ ਵਿਦੇਸ਼ਾਂ 'ਚ ਬੈਠੇ ਆ, ਜਿਹੜਾ ਉੱਥੇ ਤੜਫਦੇ ਆ, ਤੁਹਾਡੇ ਉਹਨਾਂ ਦਾ ਖਾਸ ਧਿਆਨ ਆ, ਤੁਸੀਂ ਬੜੀ ਵੱਡੀ ਲੜਾਈ ਲੜ ਰਹੇ ਹੋ। ਇਸ ਕਰਕੇ ਸਾਰੇ ਕਿਸਾਨ ਵੀਰੋ, ਆਪਾਂ ਇੱਥੋਂ ਜੰਗ ਜਿੱਤ ਕੇ ਜਾਣਾ, ਜਿੱਤ ਕੇ ਜਾਣਾ, ਜਿੱਤ ਕੇ ਜਾਣਾ। ਭਾਰਤੀ ਕਿਸਾਨ ਯੂਨੀਅਨ, ਮੋਦੀ ਸਰਕਾਰ, ਬੀਜੇਪੀ ਸਰਕਾਰ, ਅਬਾਨੀ ਅਡਾਨੀ,
किसाना दी बारू सरकार। वाहेगुरु जी का खालसा वाहेगुरु जी की फतेह। बहुत बहुत धन्यवाद जी। मैं अगले बुलाने नूं बेनती करदा सरदार सरबजीत सिंह पंधेर रिटायर्ड AIG पंजाब, उन्हां तों बाद देसराज छंजली जी वह भी तैयार रहन, सरदार अमरजीत सिंह जी वह भी तैयार रहन। सो वाहेगुरु जी का खालसा वाहेगुरु जी की फतेह। मैं सरबजीत सिंह पंधेर रिटायर्ड AIG प्रेजेंट सुनाम स्पोर्ट्स वेलफेयर एसोसिएशन सुनाम शहीद उधम सिंह वाला। शहीद उधम सिंह वाले बारे थोड़ी वाकफी बहुत ही कराने की लड़ नहीं, क्योंकि सारे दुनिया के उन्होंने नाव है जिन्होंने 1919 अपना जिलियां वाले बाग का बदला लंडन पार्लीमेंट लिया। मैं सारे नौजवान वीर किसान आगुआन बड़े बधाई देना जिन्होंने बड़े शांतमय ढंग जिहड़ा सम्मेलन चलाया है। तो मैं हुण भी अगे तो भी बेनती करता नौजवानों खास करके भी आपका जो हो जोश के होश में रह के काम कराओ, क्योंकि होश के रह के ही काम ना चलाने नाल ही अपनी सफलता होनी है। मैं नाल दी नाल वीरां दा बड़ा धन्नवादी हाँ हरियाणे वालों का जिन्होंने अपने बड़े बड़े सहयोग तुहानूं दित्ते ने, जिन्होंने लिखा होया सामने पंजाब हरियाणा भाई भाई दोनों ने रल के जिन्होंने बड़ी बड़ी सपोर्ट आपको मिली है पंजाब वालों। मैं उन्होंने भी बड़ा धन्नवादी हाँ, क्योंकि ये जो अपना आहो किसान जोड़ा है उन्हीं मतलब दुनिया के फैल गया है। ये किसान एजुकेशन है दुनिया के कले पंजाब नहीं, पंजाब की नहीं रही, ये दुनिया के किसानों की भी। कल TV से आ रहा है जर्मन के किसान ट्रैक्टर लैके पार्लीमेंट दलिया फिरते हैं, उधर लंडन के पार्लीमेंट दलिया फिरते हैं, कनेडा के पार्लीमेंट मैंबर ने पार्लीमेंट के अपने किसान हा इंडियन किसान हा आगुआ के हक में किसान वीर के हक में बोलिया है, क्योंकि यह देश व्यापी अंदोलन आ सारे देश के फैल चुके हैं। पंजाब हरियाणा यूपी आंध्र प्रदेश केरला मद्रास महाराष्ट्र जिन्हों पर चेन्नई कहने हूँ, ये कले पंजाब का नहीं, मैं सारे वीरों को कहना बोलना भी वो कले पंजाब से ना फोकस रखन, सारे पंजाब के सारे हिंदुस्तान के किसानों वीर इस शामिल करके उन्होंने भी बधाई का पात्र बना जिन्होंने एडा वड्डा अंदोलन खड़ा किया। खास करके मैं पंजाब के वीर बधाई दिना किसानों नौजवानों जिन्होंने सारे हिंदुस्तान के किसानों के मजदूरों के आड़ती रूह फूकी आ, क्योंकि इन्हों की जमीर मैं किसान वीर का सुन रहा TV से अपने हरियाणे का, कहते उन्होंने थोड़ा भी स्पैशल धन्यवाद किया पंजाब का जिन्होंने कहा भी असी पंजाब किसानों के बड़े धन्यवादी हाँ जिन्होंने एडे बड़े हौसले नाला टप के साडे रूह फूकी है, नवी रूह फूकी आ, सानू जीवन की नवी रास्ता दिखाया। कहते असी तो साड़िया जमीर ही मर चुकी सी, जे पंजाब वाले इन्हें ना करते तो साड़िया जमीर बिल्कुल खत्म हो चुकी सी। इस कले पंजाब का नहीं, पंजाब को सारे पासों बधाई आ सारे खा खा किसान किसान वीर नौजवानों जिन्होंने एडा बड़ा अंदोलन खड़ा किया। खास करके मैं उन्होंने बधाई का पात्र ने सारे अपने किसान एसोसीएशन जिन्होंने बड़े सुचजे ढंग शांतमई रूप के दो तीन महीने तो चलता है जोड़ा आ अंदोलन इतने दिल्ली लिया के दिल्ली के दरवाजे खड़ा किया। मैं धन्नवादी हाँ इन्होंने वीरों का मैनेजमेंट कमेटी का जिन्हें मैंने छोटे जे निमाणे एक छोटा एक मिनट दिता है बोलन का, तो मैं इन्हों का भी बड़ा धन्नवादी हाँ, क्योंकि असं कल भी परसों के भी 3-4 दिन के इतने आए हुए हैं, टाइम मिलना बड़ा मुश्किल होंगे क्योंकि ये बड़े बड़े बुलारे ने। एक कली स्टेज पंजाब की नहीं, ये स्टेज हम इंटरनेशनल स्टेज बन गई है, कई वीर बेड़े आते हैं बड़े गर्मीले जोशीले भाषण देंगे ने। मैं उन्होंने बेनती करता जोशीले भाषण देने की लड़ नहीं, भड़काउन की नौजवानों की लड़ नहीं। कल गायकों भी मैं सुनिया इतने कल गायक अपने सतीश सत्ती बोल रहे थे, उन्होंने मैं दुआरे कहा भी कले पंजाब का नहीं फोकस हूँ ना ये से हिंदुस्तान के किसानों में जरूर फूकने की लड़ है। तो मैं इन्ना इन्ना ही कहना होया सारे वीर किसान वीर किसान आगुआ का मैनेजमेंट कमेटी का धन्यवाद करदा जिन्होंने सुनाम वेलफेयर एसोसीएशन स्पोर्ट्स में शहीद उधम सिंह वाले टाइम दिता ये तुहाडे नाल खड़े होने का मान बख्शिया। वाहगुरु जी का खालसा वाहगुरु जी की फतेह। हैलो
हैलो साथियों रस्ता छड़ दो, एम्बुलेंस लंघती पई आ, बेनती है थोड़े सामने प्लीज रस्ता छड़ दो प्लीज। साथियों एक बेनती मैं होर थोड़े सामने करनी आ, जिहड़े तुसीं आ झंडे उत्ते कर रहे हो प्लीज ये ना करो, इत्थे सारा इहदा झंडा अपना इक्को ही आ, ये झंडे काइंडली थले कर लो प्लीज, बेनती आ। सो मैं अगली बेनती करदा देशराज छांजली जी लोक संयुक्त मंडली वो 5 मिनट लिए अपने विचार सांझे करनगे, उदू बाद अमरजीत सिंह जी तैयार रहन, उदू बाद गुरबिंदर सिंह जी वह भी तैयार रहन। आ जरूरी जो साढ़े को स्टेज से सहायता आई है दानी सज्जना के, उन्होंने जोड़े नाम ने इस प्रकार ने सुखविंदर सिंह, जरनैल सिंह, पिंड नवांशहर जिला जलंधर 2000 रुपया, बलबीर सिंह, सुखविंदर सिंह मजारी बलाचौर 2100 रुपया, सरबण सिंह पिंड कोटला नहिंग भट्ठा साहब जिला रोपड़ 25000 रुपया साढ़े को सहायता आई है, पिंड बरियान बरियान की संगत वालों जिला जलंधर 21000 रुपया सहायता आई है, सतनाम सिंह यूएसए पिंड हदोवाल जिला होशियारपुर 5000 रुपया स्टेज से सहायता आई है, हरदेव सिंह पिंड तरोड़ा कला जिला पटियाला बीकेजू दकौंदा वालों 1000 रुपये की जड़ी सहायता इस स्टेज पर आई है, कृष्णा दवाना भैणा वालों 500 रुपया स्पैशल स्टेज पर सहायता आई है, अगली सहायता जसवंत सिंह पिंड बलाचौर नवा शहर 5000 रुपये की सहायता आई है, तो अगली बेनती भी रजिंदर सिंह का आधार कार्ड स्टेज के उत्ते है, ये साथी आधार कार्ड इतने डिगया सानू मिलिया तो साढ़े को लिजा सकता, धन्यवाद। अज जो लोग लोक लहर बनी है उहदा मैं जंगनामा लिख रहा ते उहदे विच्चों चार लैणा तुहाडे नाल सांझियां कर रहा। दिल्ली कदे ना आद तो बाज आई, चाला मकर फरेब दियां चली जाए, गल्लां मीटगां विच मिठियां मार दिए, लुकमे बार भी विच्चों दी करी जावे, कदे जा ससकेर दी कंगणा नू उच्ची पौंकण लई चाबियां भरी जावे, कदे उंगली ला के पिट्ठुआं नू रिट सुप्रीम कोर्ट विच करी जावे, गल किसे भी पक्खों ना वेख बणदी, दिल्ली खेडे आ होर पखंड वेली, कदे बाहर जावे कदे अंदर आवे, बिच मीटिंग दे होई जद चंड वेली। आ मेरी भैन कह के गई है जदों कोई गल ना आउड़ी, सोदा जेड़ियां कहोगे मंग लईए, पूरी कर दिए हर एक मंग वेली, बच्चे बुढ़े पर करानू भेज दो, इत्थे दिल्ली बिच बड़ी है ठंड वेली, पत्रकारां ने कहा कई बाबिआं नू पाले ठंड ने साडे वल आवना की, पत्रकारां नू कहा कुछ बाबिआं ने इस ठंड ने साडे वल आवना की, असी लड़ांगे आखरी दम ताई, असी दिल्ली नू छड़ के जावना नी, असी वारसां गुरु दशमेश जी दे, कदे मौत तो असी घबरावना नी, गुजरी मां न्याणिया पोतिया तू मुख कदे भी असी पवावना नी, असी वारसां बाबे दीप सिंह सिर तली टकाउणा जाणदे आ, हरी सिंह नलुए शेर वांगू बड़े कोट ने वाउणा जाणदे आ, दुल्ले पट्टी दे असी परा होए किंगरे दिल्ली दे टाउणा जाणदे आ, हिक्कां डा के लड़ांगे नाल वीरो, हिक्कां डा के लड़ांगे नाल वीरो, ਪਾਜੜ ਗਿੱਦੜਾਂ ਨੂੰ ਪਾਉਣਾ ਜਾਣਦੇ ਆ, ਪਾਜੜ ਗਿੱਦੜਾਂ ਨੂੰ ਪਾਉਣਾ ਜਾਣਦੇ ਆ, ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਅਗਲੇ ਜਿਹੜੇ ਬੁਲਾਰੇ ਨੇ ਉਹ ਨੇ ਅਮਰਜੀਤ ਸਿੰਘ ਜੀ ਸਿੱਖ ਟੀਵੀ ਇਟਲੀ ਤੋਂ, ਉਹਨਾਂ ਤੋਂ ਬਾਅਦ ਜਿਹੜੇ ਹੈਗੇ ਨੇ ਗੁਰਬਿੰਦਰ ਸਿੰਘ ਜੀ ਸਮੂਹ ਸੰਗਤ ਮੁਕੇਰੀਆਂ ਉਹ ਵੀ ਤਿਆਰ ਰਹਿਣ ਜੀ, ਉਦੋਂ ਬਾਅਦ ਬਖਸ਼ੀਸ਼ ਸਿੰਘ ਜੀ ਰਿਟਾਇਰਡ ਡਿਪਟੀ ਉਹ ਵੀ ਤਿਆਰ ਰਹਿਣ ਜੀ, ਸੋ ਅਮਰਜੀਤ ਸਿੰਘ ਜੀ
माफ करियो जी, सिमरनजीत सिंह सिख टीवी इटली तो। पूरे भारत तू पहुंचे किसान वीरों, वाहेगुरु जी का खालसा वाहेगुरु जी की फतेह। मैं सिमरजीत सिंह इटली तू सी सिख टीवी लैके पहुंचे हाँ। तो जो पंजाब दे वेच बजुर्गों के नाल इस बार नौजवानों ने इस संघर्ष दे वेच योगदान पाया है, नौजवानों के योगदान नू देखते हुए इटली दे नौजवानों वालों भी पिछले समय दे वेच उत्थे दो रोस मुजहरे किए गए हैं, जिन्हां दे विचू आण वाले शनिवार 12 दसंबर नू स्विट्जरलैंड दे विच जिनोवा शहर च नौजवानों ते संगतां दे सहयोग नाल इटली दीआं 2 बजे तो लैके 4 बजे तक UNO दे दफ्तर दे सामने धरना दिता जाएगा। किसानी संघर्ष दे जो इस पूरे भारत दे किसान वीर इस संघर्ष च हिस्सा लै रहे हैं सारे वधाई दे पात्र हैं। इटली दीआं संगतां नूं जो इत्थे दीआं जथेबंदियां आने वाले समय च सेवा लाणगियां, इटली दीआं संगतां किसानां दा साथ देण दे लई इन्हां दे नाल हर टाइम खड़ियां हन। किसान यूनियन, किसान एकता, वाहेगुरु जी का खालसा वाहेगुरु जी की फतेह। बहुत बहुत धन्यवाद जी। अगले एक बेनती करनी सी भी बुलेट की चाबी लभी आ, जिहड़े भी वीर भरा दी होवे स्टेज तो आके लै सकदा है, बेनती है जी। सो जिहड़े अगले बुलारे ने उन्हें गुरबिंदर सिंह जी समूह संगत मुकेरियां, उस तो बाद सरदार बख्शीश सिंह जी वह भी तैयार रहन, विलियम वह भी तैयार रहन जी। समूह किसान जथेबंदियां हुण कल्ला पंजाब जां हरियाणे दी कहण दी लोड़ नहीं, एक सीधा ही आपां शब्द बोलीए करिए कि पूरे वर्ल्ड दियां जथेबंदियां, हुण सीधा ही कहण दी लोड़ आ कि पूरे वर्ल्ड दियां जथेबंदियां जिन्हां दा कोटन कोट धन्नवाद है। पहलो तो आप गुरु साहब की गजाई हुई फतेह ते जकारा, मैं पहलो ही कह दवां कि जकारा ते फतेह पूरे जोर शोर ना होना चाहिए। वो ना गल होवे कि जेड़े मोदी दे आण के मोदी मोदी कर दे कि उहदा उपर हो जाए, कृपा करके जरा तसली करा दिओ। बोलो वाहेगुरु जी का खालसा वाहेगुरु जी की फतेह। ये तुसी मोदी दी हिक ते दीवा बालिया, जिदा आपां मिर्ग दे उपर लाणियां दा पाठ करीदा ना, ये तुसी ओदी हाथ ओदी छाती ते हिक ते बह के लाणियां दा पाठ कीता, ठीक है जी। आपां हुण बिल्लां दी इक तों गल्लां तों गल शुरू करिए। तीन बिल जो कि साढ़े सत्कार जोर जिन्हां भी किसान यूनियन ने उन्होंने बहुत ही सुचे ढंग नाल जाके विस्तार नाल छाती ठोक बजा के कहा है कि यह बिलों के विच असी सोध नहीं करानी, यह खुजली वाली जैकट असी नहीं पानी, इनू असी साड़ना है। इहदा मतलब है तुसी बिल वापस लाओ। यह आर एस जिहड़ी माझे आ ए भाई ए तुसी मत भुलेखा रखो, एक किसान ने मझ लई दूजे किसान ने पुछिया ए भाई दुध किन्ना क देंदी आ, वह कहिंदा जी 12 किलो देंदी आ, वह कहिंदा जी मैं नहीं मनदा, कहिंदा आपां इदां करदे उहदे मालक तों पुछ लैंदे आ, वह कहिंदा जी बिल्कुल मैं झोना 12 किलो देंदी आ। ਇਹ ਮੈਂ ਉਸ ਮੱਝ ਦੀ ਗੱਲ ਕਰ ਰਿਹਾ ਆਰ ਐਸ ਦੀ, ਬਾਕੀ ਤਾਂ ਕੱਟੇ ਹੀ ਆ। ਕਹਿੰਦਾ ਜੀ 12 ਕਿਲੋ ਦਿੰਦੀ ਆ, ਫਿਰ ਉਹ ਕਹਿੰਦਾ ਆਪਾਂ ਇਦਾਂ ਕਰਦੇ ਆ ਮੱਝ ਨੂੰ ਹੀ ਪੁੱਛ ਲੈਂਦੇ ਹਾਂ ਜਿਹੜੀ ਦੁੱਧ ਦਿੰਦੀ ਆ। ਮੱਝ ਨੂੰ ਪੁੱਛਿਆ, ਕਹਿੰਦੀ ਜੀ ਮੈਨੂੰ ਤਾਂ ਮੇਰੀਆਂ ਅੰਦਰਾਂ ਹੀ ਜਾਣਦੀਆਂ ਨੇ ਕਿ ਵਾਕਿਆ ਮੈਂ 12 ਕਿਲੋ ਦੇਣੀ ਆ। ਉਹ ਬੰਦੇ ਨੂੰ ਫਿਰ ਵਿਸ਼ਵਾਸ ਨਾ ਹੋਇਆ, ਉਹ ਕਹਿੰਦਾ ਜੀ ਇਦਾਂ ਕਰਦੇ ਆ ਆਪਾਂ ਹੁਣ ਕੱਟੇ ਨੂੰ ਪੁੱਛ ਲੈਂਦੇ ਹਾਂ। ਕੱਟੇ ਨੂੰ ਪੁੱਛਿਆ, ਉਹ ਕਹਿੰਦਾ ਜੀ मैनू नहीं पता, मैनू तो इन्हों कंजर ने कहता पसमाउण जोगा ही रखे है, यह जिहड़ा कोमर कट्टा आ यह तो आर एस एस वाले ने यह तो पसमाउण ही रखे।
ਇਹ ਦੁੱਧ ਚੂੰਗਾ ਨਹੀਂ ਦਿੰਦੇ ਉਹਨੂੰ। ਤੁਹਾਡਾ ਕੀ ਖਿਆਲ ਆ ਕਿ ਤੋਮਰ ਦੀ ਗੱਲ ਉੱਥੇ ਨਾ ਮੰਨੀ ਜਾਂਦੀ? ਉਹ ਹੈ ਹੀ ਕੱਟਾ ਆ। ਜੇ ਮੱਝ ਚਾਹੇਗੀ ਤੇ ਉਹ ਦੁੱਧ ਚੁੰਘੇਗਾ, ਕਿਸਾਨ ਚਾਹੇਗਾ ਤੇ ਉਹ ਦੁੱਧ ਚੁੰਘੇਗਾ। ਬਾਕੀ ਰਹੀ ਬਿਜਲੀ ਦੇ ਬਿੱਲਾਂ ਦੀ ਗੱਲ, ਤੁਸੀਂ ਇਹ ਮੱਧ ਭੁਲੇਖੇ ਚ ਰਹੋ। ਤੁਹਾਨੂੰ ਇੱਕ ਮੀਟਰ ਤੁਹਾਡਾ ਪਹਿਲੋਂ ਲੱਗਾ ਹੋਇਆ। ਜੇ ਤੁਹਾਡੇ ਘਰ ਦੋ ਮੱਝਾਂ ਨੇ, ਇੱਕ ਮੱਝ ਆ, ਟਰੈਕਟਰ ਆ, ਟਰਾਲੀ ਆ, ਕੱਟਾ ਆ, ਵੱਛਾ ਆ, ਜੇ ਤੁਸੀਂ ਉਹਨੂੰ ਨਵਾਉਂਦੇ ਹੋ, ਉਹਨੂੰ ਪਾਣੀ ਡਾਉਂਦੇ ਹੋ, ਤੁਹਾਨੂੰ ਇੱਕ ਕਮਰਸ਼ੀਅਲ ਮੀਟਰ ਵੱਖਰਾ ਲਵਾਉਣਾ ਪਵੇਗਾ, ਉਹਦਾ ਬਿੱਲ ਤੁਹਾਨੂੰ ਵੱਖਰਾ ਦੇਣਾ ਪਵੇਗਾ। ਇਹ ਉਹ ਬਿੱਲ ਆ ਕਿਸਾਨ ਵੀਰੋ। ਭਾਜੀ ਦੋ ਕੁ ਮਿੰਟ ਦੇ ਦਿਓ, ਕੰਮ ਜਿਹੜਾ ਗਰਮ ਜਿਹਾ ਹੋ ਜਾਵੇ। ਮੋਦੀ ਨੇ ਸੋਚਿਆ ਸੀ 370 ਤੋੜਤੀ, 35 ਇਹ ਤੋੜਤੀ, CA ਬਿੱਲ ਲਾਤਾ, GST ਲਾਤੀ, NRC ਲੈਣ ਦੀ। ਇਹਨੇ ਸੋਚਿਆ, RS ਨੂੰ ਜਵਾਬ ਦਿੱਤਾ ਕਿ ਕੰਮ ਲੀ ਤੇ ਚੱਲਿਆ, ਕੋਈ ਰੋਕਣ ਵਾਲਾ ਨਹੀਂ, ਚੱਲਣ ਦਿਓ। ਪਰ ਉਹਨੂੰ ਜਦੋਂ ਉਹਦਾ ਵਾਹ ਪਿਆ ਬੋਤਾ ਸਿੰਘ ਨਾਲ, ਉਹਦਾ ਵਿਆਹ ਵਾਹ ਪਿਆ ਗਰਜਾ ਸਿੰਘ ਨਾਲ, ਉਦੋਂ ਉਹ ਦੋ ਸਿੰਘ ਸੀ ਚੰਭਾਲਦੇ। ਪਰ ਅੱਜ ਤੁਸੀਂ ਇੱਕ ਬੋਤਾ ਗਰਜ ਨਹੀਂ, ਬੋਤਾ ਸਿੰਘ ਗਰਜਾ, ਬਾਬਾ ਗਰਜਾ ਸਿੰਘ ਨਹੀਂ, ਤੁਸੀਂ ਲੱਖਾਂ ਕਰੋੜਾਂ ਦਿਓ। ਮੇਰੀ ਬੇਨਤੀ ਹੈ, ਇਸ ਕਰਕੇ ਜਦੋਂ ਸ਼੍ਰੀ ਰਾਮ ਜੀ ਬਨਵਾਸ ਗਏ ਤੇ ਜਦੋਂ ਬਨਵਾਸ ਚੱਲੇ ਤਾਂ ਸੰਗਤਾਂ ਨੇ ਵਿਰਾਗ ਕੀਤਾ, ਸੰਗਤਾਂ ਨੇ ਜਦੋਂ ਵਿਰਾਗ ਕੀਤਾ ਉਹ ਕਹਿਣ ਲੱਗੇ ਕਿ ਭਾਈ ਕੋਈ ਗੱਲ ਨਹੀਂ, 14 ਸਾਲ ਦੀ ਕਿਹੜੀ ਗੱਲ, ਅਸੀਂ ਜਲਦੀ ਵਾਪਸ ਆ ਜਾਣਾ। ਉਹਦੇ ਵਿੱਚ ਕੋਈ ਛੜੇ ਮਲੰਗ ਵੀ ਸੀਗੇ, ਉਹ ਬਾਕੀ ਦੇ ਜਿਹੜੇ ਗ੍ਰਿਸ਼ਤੀ ਉਹ ਉੱਠ ਕੇ ਵਾਪਸ ਆ ਗਏ ਤੇ ਸ਼੍ਰੀ ਰਾਮ ਜੀ ਚਲੇ ਗਏ ਬਨਵਾਸ ਨੂੰ। ਜਦੋਂ 14 ਸਾਲ ਬਾਅਦ ਆਏ ਤੇ ਆਣ ਕੇ ਵੇਖਿਆ ਛੜੇ ਉੱਥੇ ਹੀ ਬੈਠੇ। ਉਹ ਕਹਿੰਦਾ ਭਾਈ ਤੁਸੀਂ ਘਰ ਨੂੰ ਨਹੀਂ ਗਏ? ਕਹਿੰਦਾ ਜੀ ਸਾਡਾ ਕਿਹੜਾ ਕੋਈ ਅੱਗਾ ਪਿੱਛਾ ਆ। ਪਰ ਕਹਿੰਦੇ ਜੀ ਸਾਨੂੰ ਕਿਰਪਾ ਕਰਕੇ ਉਹ ਕੋਈ ਵਰਦਾਨ ਹੀ ਦੇ ਦਿਓ। ਕਹਿੰਦੇ ਜਾ ਤੁਹਾਨੂੰ ਵਰਦਾਨ ਦਿੱਤਾ, ਕਲ ਯੁੱਗ ਦਾ ਸਮਾਂ ਆਏਗਾ, ਤੁਸੀਂ ਵੀ ਰਾਜ ਭੋਗੋਗੇ। ਜੋਗੀ ਛੜਾ, ਮੋਦੀ ਛੜਾ, ਅੰਮ੍ਰਿਤ ਵਿਆਹ ਛੜਾ ਹੀ ਹੈ, ਮੋਦੀ ਛੜਾ, ਆ ਖੱਟਰ ਤੁਹਾਡਾ ਛੜਾ, ਇਹ ਰਾਮ ਨੇ ਅਵਤਾਰ ਦਿੱਤਾ, ਇਹ ਤੁਹਾਡੀ ਤੁਹਾਡੀ ਮਜਬੂਰੀ ਨਹੀਂ ਗੀ, ਉਹ ਅਵਤਾਰ ਦਿੱਤਾ ਉਹਨਾਂ ਨੂੰ ਆਪਣੇ ਦਿੱਤਾ ਹੋਇਆ, ਇਸ ਕਰਕੇ ਉਹ ਰਾਜ ਭੋਗ ਰਹੇ ਨੇ। ਦੂਜੀ ਗੱਲ ਆਪਾਂ ਕਰ ਲਈਏ, ਭਾਰਤ ਯੂਨੀਅਨ, ਪੂਰੀ ਯੂਨੀਅਨ ਦਾ ਧੰਨਵਾਦ ਕਰਦੇ ਹਾਂ। ਬਾਕੀ ਇਹਨਾਂ ਨੇ ਗੱਲ ਕੀਤੀ ਹੈ ਨੌਜਵਾਨਾਂ ਨੌਜਵਾਨਾਂ ਦੀ, 10 ਸਾਲਾਂ ਤੋਂ ਗੱਲ ਚੱਲ ਰਹੀ ਹੈ ਕਿ ਪੰਜਾਬ ਸਾਰਾ ਨਸ਼ੇੜੀ ਆ, ਅਸੀਂ ਕੱਲ ਦੇ ਮੁਕੇਰੀਆਂ ਤੋਂ ਆਏ ਹਾਂ, ਧੰਨ ਜਿਗਰਾ ਨੌਜਵਾਨਾਂ ਦਾ, ਉਹ ਨਸ਼ੇੜੀ ਰੋਟੀਆਂ ਪਕਾ ਸਕਦਾ? ਜਿਹੜਾ ਨਸ਼ੇ ਦਾ ਟੀਕਾ ਲਾਉਂਦਾ ਰੋਟੀਆਂ ਪਕਾ ਸਕਦਾ? ਉਹ ਜਾ ਕੇ ਵੇਖੋ ਮਿੱਸੀਆਂ ਰੋਟੀਆਂ, ਮਿੱਸੀਆਂ ਰੋਟੀਆਂ ਦਾ ਆਟਾ ਸਭ ਤੋਂ ਔਖਾ ਗੁੰਦਣਾ ਹੈ, ਉਹ ਆਟਾ ਗੁੰਨ ਕੇ ਤੇ ਤੁਹਾਡੇ ਸਿਰ ਮੱਥੇ ਰੋਟੀਆਂ ਪਕਾ ਰਹੇ ਤੁਹਾਡੇ ਵਾਸਤੇ, ਉਹ ਨਸ਼ੇੜੀ ਨੇ? ਜਿਹੜੇ ਨਸ਼ੇੜੀ ਹੋਣਗੇ ਇੱਥੇ ਨਾ ਆਉਂਦੇ, ਉਹਨਾਂ ਸੋਚਣਾ ਕਿ ਪੰਜਾਬ ਖਾਲੀ ਚੋਰੀਆਂ ਚਾਰੀਆਂ ਕਰਦੇ ਆ, ਹੁਣ ਤੇ ਕੰਮ ਖੁੱਲ੍ਹਾ ਹੈ। ਬੇਨਤੀ ਹੈ ਬਸ ਹਿੱਸਾ ਸਰ ਜੀ ਇੱਕ ਮਿੰਟ ਹੋਰ ਲੈ ਲੈਂਦੇ, ਬਸ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਣਾ ਹੋਰ ਕੋਸੀ, ਫਿਰ ਕੱਲ ਸਮਾਂ ਲੈ ਲਵਾਂਗੇ। ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਮੇਰੀ ਬੁਲਾਰਿਆਂ ਨੂੰ ਬੇਨਤੀ ਆ ਕਿ ਸਮੇਂ ਦੀ ਮਰਿਆਦਾ ਜਿਹੜੀ ਹੈਗੀ ਉਹਦਾ ਧਿਆਨ ਰੱਖਿਆ ਜਾਵੇ, ਕਿਉਂਕਿ ਬੁਲਾਰੇ ਬਹੁਤ ਨੇ। ਸੋ ਹਰ ਇੱਕ ਨੂੰ ਮੌਕਾ ਦੇਣਾ ਹੈ, ਸਾਡੀ ਵੀ ਜ਼ਿੰਮੇਵਾਰੀ ਆ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਜਿਹੜੇ ਵਿਚਾਰ ਬਹੁਤ ਨੇ, ਪਰ ਸਾਨੂੰ ਸਮੇਂ ਦੀ ਜਿਹੜੀ ਮਰਿਆਦਾ ਹੈਗੀ ਆ ਉਹਦਾ ਧਿਆਨ ਰੱਖਣਾ ਚਾਹੀਦਾ। ਸੋ ਜਿਹੜੇ ਅਗਲੇ ਬੁਲਾਰੇ ਹੈਗੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ, ਸਰਦਾਰ ਬਖਸ਼ੀਸ਼ ਸਿੰਘ ਰਿਟਾਇਰਡ ਡਿਪਟੀ। ਸਤਿਕਾਰਯੋਗ ਦੁਨੀਆ ਦੇ ਕੋਨੇ ਕੋਨੇ 'ਚੋਂ ਆਏ ਹੋਏ ਮੇਰੇ ਕਿਸਾਨ ਭਰਾਵੋ, ਮਜ਼ਦੂਰ ਭਰਾਵੋ, ਸਾਰਿਆਂ ਨੂੰ ਮੇਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰਿਆਂ ਨੇ, ਸਾਰਿਆਂ ਬੁਲਾਰਿਆਂ ਤੋਂ ਸੁਣਿਆ ਔਰ ਸੁਣਦੇ ਆ ਰਹੇ ਜੇ 15-20 ਦਿਨਾਂ ਤੋਂ, ਕਈਆਂ ਮਹੀਨਿਆਂ ਤੋਂ। ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਲਿਆਵਾਂਗਾ ਬੋਲਣ ਦੇ ਵਿੱਚ, ਕਿ ਜਦੋਂ ਇਹ ਦਿੱਲੀ ਜਿਹੜੀ ਹੈਗੀ ਆ, ਜਿੱਥੇ ਅੱਜ ਮੋਦੀ ਬੈਠਾ, ਇਹ ਇੱਕ ਕੀ ਲਫ਼ਜ਼ ਵਰਤੀਏ ਇਹਦੇ ਵਾਸਤੇ, ਇਸ ਲਾਲ ਕਿਲੇ 'ਤੇ ਕਿੰਨੇ ਝੰਡੇ ਝੁੱਲ ਚੁੱਕੇ ਨੇ ਪਹਿਲਾਂ, ਇਹ ਕਿੰਨਿਆਂ ਦੀ ਗੁਲਾਮ ਹੋ ਚੁੱਕੀ ਆ ਪਹਿਲਾਂ। ਜਦੋਂ ਗੁਰੂ
जिदे तुसी अज वारस बैठे हो जे गुरु तेग बहादुर साहब दा शहीदी दी होई उथे उथे इको ही झंडा झुलिया 350 साल तो केसरी रंग दा ते जो अज भी झुलदा है ते जुग जुग झुलदा रहेगा इस दिल्ली ते सिर्फ इस दिल्ली दे इस लाल किले दे कई झंडे बदले गए ने कई हुकूमतां बदलियां गईयां ने ते जिथे जुगो जुग अटल गुरु ग्रंथ का प्रकाश किया गया गुरु नावे पातशाह की शहीदी हुई उथे अज भी केसरी छान चलता पाया। दूजी बेनती मैं तुहानू करांगा कि गुरु गोबिंद सिंह महाराज जी जे ना कृपा की होंगी तो साडा मुल्क सत्ता मुल्कां दे नाल लगता अज टोटे हो जाना सी। ये इन्ने बेशुक्रिया लोग ने जेडे गुरु गोबिंद सिंह दा अज इन्हां नूं शुक्रिया करना चाहिए अज बेशुक्रिया हो गए उन्दे वारसा दे नाल लड़ रहे ने उन्हां वारसा दीआं जायदादां खो रहे ने उन्हां दी जमीना खो रहे ने। मैं तुहानू बेनती करांगा कि सारे साडे बाहरों वीर तुसी लोग पिंडां वाले इन्हां वास्ते जिहड़ी तुहाडे तन दी खुराक लै के आए जी मैं तुहाडे मन दी खुराक लै के आया एक गुरु गोबिंद सिंह दी बाणी है जाप साहब जिहड़ी गुरु गोबिंद सिंह दे मखारबान चों निकली आई आ ते मैनू बाबा विरसा सिंह जी साडे गोबिंद सदन वालिआं दा हुकम सी कि बेटा जाप साहब दा लंगर ला दे जाके उत्थे ते मैं कई हजारां जाप साहब तुहाडे वास्ते लै के आया जदों तुहाडी सभा अपना प्रोग्राम खत्म होएगा मैं बाहर बैठा हूंगा जाप साहब लैके गुरु गोबिंद सिंह वाजा मारो तुहाडी फतेह कौन है केवल दे केवल गुरु गोबिंद सिंह तुहाडे नाल कौन है केवल गुरु गोबिंद सिंह। मैं अज सारी जथेबंदियां दे आगुआं नूं तहे दिल तों सलूट करदा जिन्हां ने केंद्र दी सरकार दे हर प्रोग्राम नूं ठोकर मारी आ इक गया यस या नो कोई मैनू बहबल गलां करन दे च दरबार साहब की जो बेअदबी हुई तो बोलन का मौका मिलिया मैं क्या जथेदारो विकना जाया अजे वो विक गए जथेदार वो छड़ के भज गए गुरु ग्रंथ साहब जी बल पिट कर गए क्यों उन्होंने दात प्यारी जान के विसरियो दतार ते इन्हां नूं मैं सलूट करदा जथे साडे जिहड़े आगू ने जथेदार साडे अज किसान यूनियन दे ए अड़े ने तुहाडे वास्ते तुहाडी सपोर्ट इहनां नूं मगर ते जे गुरु गोबिंद सिंह दे नाल लै लईए तुरदियां फिरदियां बहिंदियां उठदियां धन गुरु गोबिंद सिंह धन गुरु गोबिंद सिंह धन गुरु गोबिंद सिंह ते वेखा जब कि मोदी तुहाडे पैरां 'च पैंदा आ के क्यों गुरु गोबिंद सिंह नूं नाल लै के चलो। इस करके मैं दोबारा बेनती करदा मैं जाप साहब का लंगर लेके आया थोड़े वास्ते फ्री असी लखां जाप साहब बन चुके हैं मैं थोड़े वास्ते भी लेके आया इस तों बाद मैं प्रोग्राम दे विच खज्जल नहीं पाउणा उस तों बाद आपदा तुसी लै सकदे जी मेरे कोलों मैं बाहर तुहानू मिलांगा इत्थे बाहर लबने बैठा होया और मैं बहुत धन्यवाद करदा साडी जिहड़ी मैनेजमेंट है कमेटियां चला रहे ने इन्ना डिसिपलिन कदे दुनिया 'च नहीं देखिया अज तक पर मैं इन्हां सारे नूं बधाया दिंदा कि मैं माफ़ी चाहवांगा और जे कोई लफ्ज गलत बोलिया हो गया वाहिगुरु जी का खालसा वाहिगुरु जी की फतेह। बहुत बहुत धन्यवाद जी समय की मर्यादा का ध्यान रखने लई मैं अगले बुलारे की बेनती करदा कुलदीप सिंह AIKF सूबा कमेटी आगू समा 7 मिनट एक अनाउंसमेंट भी लुधियाना तो पंजाब 10 News TV दे साडे रिपोर्टर ने परगट सिंह राजेयाणा वह जगराओं तो आए सी बलदेव सिंह की गड्डी दे विच उहनां दा बैग रह गया सो बलदेव सिंह दा हुण फोन तां बंद आ रहा गा सो कृपा करके बलदेव सिंह जिथे भी किते अनाउंसमेंट सुनदी होवे जिहड़े साडे 10 News TV दे रिपोर्टर ने वह परगट सिंह दा बैग स्टेज ते पहुंचदा कर देण धन्नवाद। मैं अपनी जथेबंदी आल इंडिया किसान फैडरेशन वालों AIKF कुलदीप सिंह तुहाडे अगे विचार पेश करन लग्या साडी जथेबंदी मुढ़ तो ही इस घोल च शामिल सी और सब तो पहला जदों भी इहदी गलबात शुरू हुई है ये सुधारा दी इहदे खिलाफ तहसील पद्धर तो लैके जिला पद्धर ते लैके सूबा पद्धर तक आल इंडिया पद्धर तक भी साडियां जथेबंदियां जिथे भी है उन्होंने डट के इहदा विरोध किया। मैं दस देना चाहुंदा एक होर अज आल इंडिया दा तां साडी पद्धर दा ही है बाकी सारियां जथेबंदियां रलियां होईयां ने अज सांझे तौर ते हिंदुस्तान दा नहीं बल्कि संसार पद्धर दा अंतरराष्ट्रीय पद्धर दा घोल बन गया और इहदी हमायत भी अज सारे देशां च ला के इंग्लैंड आस्ट्रेलिया कनेडा जर्मन होर किथे भी नौ लईए लंडन सारियां थावां ते इहदा घोल दा समर्थन प्राप्त हो रहा है। अज BJP सरकार पूरी तरह तां निखरी हुई है लोकां दे विचों
ਉਹ ਕੰਤੇ ਲਿਖਿਆ ਪੜ ਲੈ ਔਰ ਘੋਲ ਵੀ ਇੱਕ ਗੱਲ ਹੋਰ ਦੋਸਤੋ ਇੱਕ ਨਿਰਣਾਇਕ ਦੌਰ ਦੇ ਵਿੱਚ ਚਲਿਆ ਗਿਆ ਇਹ ਘੋਲ ਅੱਜ ਉਸ ਫੈਸਲਾ ਕੁੰਨ ਦੌਰ ਚ ਕਿ ਜੇ ਸਾਡੇ ਲੀਡਰ ਸਹੀ ਰਣਨੀਤੀ ਸਾਨੂੰ ਆਸ ਹੈ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਘੋਲ ਦਾ ਹੁਣ ਤੱਕ ਲਾਮਬੰਦ ਕੀਤਾ ਉਹ ਠੀਕ ਪਾਸੇ ਵੱਲ ਠੀਕ ਦਿਸ਼ਾ ਵੱਲ ਘੋਲੇ ਜਾ ਰਿਹਾ ਸੋ ਇਸ ਲਈ ਸਾਨੂੰ ਸ਼ੰਕਾ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਦੇ ਹਾਕਮ ਜਮਾਤਾਂ ਕੋਲ ਭਰਮ ਭੁਲੇਖੇ ਪਾ ਕੇ ਵੀ ਥੋੜਾ ਬਹੁਤ ਰੇੜਾ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਸਾਨੂੰ ਇਹ ਯਤਨ ਸਾਡੇ ਇੱਥੇ ਜਿੰਨੇ ਸਾਡੇ ਸਾਥੀ ਹੈ ਇਹ ਇਕੱਲਾ ਕਿਸਾਨਾਂ ਦਾ ਨਹੀਂ ਇਹ ਕਿਰਤੀ ਲੋਕਾਂ ਦਾ ਘੋਲ ਆ ਹਿੰਦੁਸਤਾਨ ਦੇ ਦੁਨੀਆਂ ਭਰ ਦੇ ਕਿਰਤੀ ਲੋਕਾਂ ਦਾ ਘੋਲ ਆ ਕਿਉਂ ਮੈਂ ਕਹਿ ਰਿਹਾ ਇਹ ਘੋਲ ਏਡਾ ਜ਼ੋਰ ਨਾ ਸੀ ਬਣਨਾ ਜੇ ਸਾਨੂੰ ਸਾਡੇ ਹੀ ਟ੍ਰੇਡ ਯੂਨੀਅਨਾਂ ਦਾ ਮਜ਼ਦੂਰ ਵੀਰਾਂ ਦਾ ਕਿਰਤੀ ਲੋਕਾਂ ਦਾ ਆ ਮੋਟਰ ਟਰਾਂਸਪੋਰਟ ਵਰਕਰ ਯੂਨੀਅਨ ਦਾ ਹੋਰ ਸਾਰੇ ਵਰਗਾਂ ਦਾ ਜੇ ਹਮਾਇਤ ਪ੍ਰਾਪਤ ਨਾ ਹੁੰਦੀ ਅੱਜ ਠੀਕ ਹੈ ਕਿਸਾਨ ਅੱਗੇ ਲੱਗੇ ਆ ਵਧਾਈ ਦੇ ਪਾਤਰ ਨੇ ਪਰ ਉਹਨਾਂ ਦੇ ਨਾਲ ਛੋਟੇ ਵਪਾਰੀ ਆੜਤੀਏ ਵਰਕਰ ਦੋ ਹੜਤਾਲਾਂ ਆਲ ਇੰਡੀਆ ਦੀਆਂ ਹੋ ਚੁੱਕੀਆਂ ਨੇ ਅਕਲ ਇੱਕ ਤਾਂ ਕੱਲ ਪਰਸੋਂ ਹੀ ਨਿਕਲ ਕੇ ਚੱਲੀ ਹੈ ਔਰ ਉਹਦੇ ਪਿੱਛੇ ਜੋ ਜਿਸ ਕਿਸਮ ਦੀਆਂ ਬੇਮਿਸਾਲ ਹਮਾਇਤ ਮਿਲੀ ਆ ਉਹਨੂੰ ਉਸ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਸਾਰਿਆਂ ਦੇ ਸੋ ਇਸ ਕਰਕੇ ਅੱਜ ਨਿਰਣਾਇਕ ਦੌਰ 'ਚ ਜਿਸ ਤਰ੍ਹਾਂ ਪਹੁੰਚ ਚੁੱਕਿਆ ਕੋਲ ਉੱਥੇ ਜ਼ਿੰਮੇਵਾਰੀਆਂ ਵੀ ਬਣ ਜਾਂਦੀਆਂ ਇਕੱਲੀਆਂ ਜਥੇਬੰਦੀਆਂ ਦੀਆਂ ਆਗੂਆਂ ਦੀਆਂ ਨਹੀਂ ਤੁਹਾਡੀਆਂ ਵੀ ਤੁਹਾਡੀਆਂ ਵੀ ਜ਼ਿੰਮੇਵਾਰੀਆਂ ਇਹ ਮੈਂ ਕਿਉਂ ਕਹਿਣ ਲੱਗਿਆ ਅਨੁਸ਼ਾਸਨ ਹਰੇਕ ਕੋਲ ਦਾ ਵੱਡੀ ਜਿੱਤ ਹੁੰਦੀ ਆ ਜੇ ਸਾਡਾ ਅਨੁਸ਼ਾਸਨ ਨਹੀਂ ਹੋਊ ਅਸੀਂ ਆਪੋ ਤਾਪੀ ਪਵਾਂਗੇ ਅਨਾਰਕੀ ਬਣਾਵਾਂਗੇ ਕਿਸੇ ਉਹਨੂੰ ਸਬਰ ਨਾਲ ਨਹੀਂ ਚੱਲਾਂਗੇ ਗੁਰੂਆਂ ਨੇ ਵੀ ਕਿਹਾ ਕਿ ਸਾਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਚਾਹੀਦਾ ਸਾਨੂੰ ਅਨੁਸ਼ਾਸਨ ਰੱਖਣਾ ਚਾਹੀਦਾ ਜੋ ਕੁਛ ਸਾਡੇ ਆਗੂ ਕਹਿੰਦੇ ਆ ਉਹਦੇ ਮੁਤਾਬਕ ਚੱਲਣਾ ਚਾਹੀਦਾ ਜੇ ਆਗੂ ਗਲਤ ਕਹਿਣਗੇ ਬੇਸ਼ੱਕ ਨਾ ਮੰਨੋ ਇਹ ਪਰ ਜੇ ਆਗੂ ਠੀਕ ਕਹਿਣਗੇ ਠੀਕ ਗੱਲ ਕਹਿਣਗੇ ਸਾਨੂੰ ਆਪ ਗੁਦਰਾਪਣ ਦਾ ਕੋਈ ਸ਼ਿਕਾਰ ਨਹੀਂ ਹੋਣਾ ਚਾਹੀਦਾ ਮੈਨੂੰ ਯਾਦ ਆਉਂਦੀਆਂ ਉਹ ਜਿੱਦੀ ਕਦੇ ਜਿੱਤ ਨਹੀਂ ਸਕਦੇ ਘਮੰਡੀ ਜਿਨ੍ਹਾਂ ਨੇ ਦਿੱਲੀ ਦੇ ਹਾਕਮ ਖਾਸ ਕਰਕੇ ਮੋਦੀ ਤੇ ਉਹਦੀ ਜੁੰਡਲੀ ਅੱਜ ਉਹ ਘਮੰਡੀ ਹੈ ਉਹ ਮੈਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਕੁਝ ਲਾਈਨਾਂ ਯਾਦ ਆਉਂਦੀਆਂ ਕਿ ਉੱਠਣਾ ਜਨਤਾ ਦਾ ਹੜ ਹਾਥੀ ਜਿਵੇਂ ਚੰਘਾੜਨਾ ਇਹਦੇ 'ਚ ਮੈਂ ਥੋੜ੍ਹੀ ਜਿਹੀ ਸੋਧ ਕਰਨ ਲੱਗਿਆ ਅੱਜ ਤਾਂ ਉੱਠਿਆ ਜਨਤਾ ਦਾ ਹੜ ਹਾਥੀ ਜਿਵੇਂ ਚੰਘਾੜਨਾ ਤੁਸ ਜਿਸਨੇ ਮਾਰ ਕੇ ਤੇਰਾ ਡੰਬਰ ਪਾੜਨਾ ਝੂਠਾ ਧਰਤੀ ਦਾ ਸਮਾਨ ਬਣਸੀ ਧਰਤੀ ਬਣਸੀ ਲੋਹੇ ਦੀ ਤਾਂਬੇ ਦਾ ਸਮਾਨ ਬਣਸੀ ਧਰਤੀ ਬਣਸੀ ਲੋਹੇ ਦੀ ਸੋ ਇਹ ਅੱਜ ਧਰਤੀ ਜਿਹੜੀ ਆ ਸਾਡੀ ਅੱਜ ਤਪ ਰਹੀ ਆ ਤਪਸ ਰਹੀ ਆ ਸੰਘਰਸ਼ ਦੇ ਸਦਕਾ ਸੋ ਇਸ ਲਈ ਵੀਰੋ ਮਿੰਟ ਥੋੜੇ ਮਿਲੇ ਆ ਪਰ ਫਿਰ ਵੀ ਆਪਾਂ ਆਪਣੇ ਸੰਘਰਸ਼ ਨੂੰ ਜਥੇਬੰਦੀਆਂ ਨੂੰ ਇਹ ਵੀ ਅਪੀਲ ਹੈ ਕਿ ਬਾਕੀ ਜਥੇਬੰਦੀਆਂ ਆ ਕੇ ਕਿਸਾਨੀ ਦੇ ਆਗੂਆਂ ਦਾ ਕਿਸਾਨੀ ਦੇ ਘੋਲ ਨੂੰ ਹਥਿਆਉਣ ਦਾ ਯਤਨ ਨਾ ਕਰਨ ਕਿਸਾਨੀ ਦੇ ਘੋਲ ਨੂੰ ਕਿਸਾਨੀ ਦਾ ਘੋਲ ਹੀ ਰਹਿਣ ਦੇਣ ਤਾਂ ਹੀ ਆਪਣਾ ਕਿਰਤੀ ਲੋਕਾਂ ਦਾ ਘੋਲ ਰਹਿਣ ਦੇਣ ਤਾਂ ਹੀ ਆਪਣੀ ਵੱਡੀ ਜਿੱਤ ਹੋਊਗੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਫੜੀ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਜਿਹੜੇ ਅੱਜ ਇੱਥੇ ਲਗਾਤਾਰ ਕਈ ਕਈ ਦਿਨ ਤੋਂ ਬੈਠੇ ਹੋ ਇਸ ਠੰਡੀ ਰੁੱਤ ਦੇ ਵਿੱਚ ਔਰ ਸਾਰੇ ਆਪਣੇ ਖਰਚੇ ਦੇ ਉੱਤੇ ਬੈਠੇ ਹੋ ਵੱਡੀ ਪੱਧਰ ਤੇ ਸਹਿਯੋਗ ਆ ਉਹਨਾਂ ਸਾਰਿਆਂ ਦੇ ਆਪਣੀ ਜਥੇਬੰਦੀ ਵੱਲੋਂ ਮੈਂ ਧੰਨਵਾਦ ਕਰਦਾ ਜੈ ਜਨਤਾ ਜੈ ਸੰਗਤ ਬਹੁਤ ਬਹੁਤ ਧੰਨਵਾਦ।